ਆਪ ਜੂਜਨ ਕੋ ਦਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਤੁਸੀਂ ਫੇਰ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਜਾ ਰਹੇ ਹੋ? ਓਏ ਨਹੀਂ ਓਏ ਨਿੱਕੇ ਪੁਚੰਗੀ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਸਾਲ ਵਿੱਚ ਇੱਕ ਵਾਰ ਹੀ ਆਉਂਦਾ ਹੈ। ਅੱਛਾ, ਇਹ ਦੱਸੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਸਾਖੀ ਯਾਦ ਵੀ ਹੈ ਕਿ ਨਹੀਂ? ਯਾਦ ਹੈ ਬਾਬਾ ਜੀ। ਬਾਬਾ ਜੀ, ਮੈਂ ਤਾਂ ਹੁਣ ਸਾਹਿਬਜ਼ਾਦਿਆਂ ਵਾਂਗ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਪੁੱਤਰ ਬਣਨਾ ਹੈ। ਸ਼ਾਬਾਸ਼, ਪਰ ਇਹ ਦੱਸ ਬਈ, ਸੱਚਾ ਪੁੱਤਰ ਬਣੇਗਾ ਕਿਵੇਂ? ਅੰਮ੍ਰਿਤ ਛਕ ਕੇ ਤਿਆਰ ਬਤਿਆਰ ਸਿੰਘ ਸੱਜ ਕੇ। ਬਈ ਵਾਹ, ਆ ਦੇਖੋ, ਮੈਂ ਤਾਂ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਮੇਰੇ ਕੇਸ ਗਿੱਠ ਗਿੱਠ ਲੰਮੇ ਹੋ ਗਏ ਨੇ। ਬਾਬਾ ਜੀ, ਮੇਰੇ ਕੇਸ ਤਾਂ ਦੋ ਦੋ ਗਿੱਠ ਲੰਬੇ ਹੋ ਗਏ ਨੇ, ਬਸ ਹੁਣ ਤਾਂ ਮੇਰਾ ਜੂੜਾ ਤਿਆਰ ਹੀ ਹੈ। ਬਈ ਆ ਤਾਂ ਬਹੁਤ ਸੋਹਣੀ ਗੱਲ ਕੀਤੀ ਤੁਸਾਂ। ਲਓ ਫਿਰ ਮੈਂ ਤੁਹਾਡਾ ਇਮਤਿਹਾਨ ਲੈਂਦਾ ਹਾਂ। ਕੋਈ ਦੱਸੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਦੁੱਤੀ ਕਿਉਂ ਹੈ? ਕਿਉਂਕਿ ਉਹ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹਨ। ਬਿਲਕੁਲ ਠੀਕ। ਕੀ ਤੁਹਾਨੂੰ ਪਤਾ ਹੈ, ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਸਭ ਤੋਂ ਮਹਿੰਗਾ ਵੀ ਹੈ। ਉਹ ਕਿਵੇਂ ਬਾਬਾ ਜੀ? ਜਦੋਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਜੀ ਸ਼ਹੀਦ ਹੋ ਗਏ ਤਾਂ ਗੁਰੂ ਘਰ ਦੇ ਪ੍ਰੇਮੀ ਦੀਵਾਨ ਟੋਡਰ ਮੱਲ ਨੇ ਉਹਨਾਂ ਦਾ ਸੰਸਕਾਰ ਕਰਨਾ ਚਾਹਿਆ, ਪਰ ਵਜ਼ੀਰ ਖਾਨ ਨੇ ਸ਼ਰਤ ਲਗਾ ਦਿੱਤੀ ਕਿ ਜਿੰਨੀ ਜ਼ਮੀਨ ਸੰਸਕਾਰ ਵਾਸਤੇ ਚਾਹੀਦੀ ਹੈ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁੱਲ ਖਰੀਦਣੀ ਪਵੇਗੀ। ਹਾਂ ਬੱਚਿਓ, ਤੇ ਫਿਰ ਟੋਡਰ ਮੱਲ ਜੀ ਨੇ ਸੰਸਕਾਰ ਵਾਲੀ ਜਗ੍ਹਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਲਈ ਸੀ। ਬਾਬਾ ਜੀ, ਕੋਈ ਇੰਨਾ ਜ਼ਾਲਮ ਕਿਵੇਂ ਹੋ ਸਕਦਾ ਹੈ ਕਿ ਵਜ਼ੀਰ ਖਾਨ ਨੂੰ ਉਹਦੇ ਕੀਤੇ ਜ਼ੁਲਮਾਂ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਸੀ? ਸਜ਼ਾ ਵੀ ਮਿਲੀ ਤੇ ਸਰਹੰਦ ਦੀ ਇੱਟ ਨਾਲ ਇੱਟ ਵੀ ਖੜਕਾਈ। ਕੌਣ ਸੀ ਐਸਾ ਬਹਾਦਰ? ਉਹ ਸੂਰਮਾ ਸੀ ਬਾਬਾ ਬੰਦਾ ਸਿੰਘ ਬਹਾਦਰ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਸਾਜਿਆ ਬਹਾਦਰ ਖਾਲਸਾ। ਬਾਬਾ ਜੀ, ਸਾਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਦੱਸੋ। ਲਓ ਫਿਰ ਸੁਣੋ। ਸਨ 1710 ਪੰਜਾਬ ਵਿੱਚ ਹਾਲੇ ਵੀ ਵਜ਼ੀਰ ਖਾਨ ਵਰਗੇ ਜ਼ਾਲਮ ਮੁਗਲ ਹਾਕਮਾਂ ਦਾ ਰਾਜ ਸੀ, ਜੋ ਨਿਰਦਈ ਅਤੇ ਇਨਸਾਨੀ ਕੀਮਤਾਂ ਤੋਂ ਕੋਰੇ ਸਨ। ਸਿੱਖਾਂ ਵਾਸਤੇ ਇਹ ਸਮਾਂ ਬਹੁਤ ਮੁਸ਼ਕਿਲ ਭਰਿਆ ਸੀ, ਕਿਉਂਕਿ ਉਹ ਹਾਕਮ ਸਿੰਘਾਂ ਤੇ ਹਮੇਸ਼ਾ ਜ਼ੁਲਮ ਕਰਨ ਦੀ ਤਾਕ ਵਿੱਚ ਰਹਿੰਦੇ ਸਨ। ਆਮ ਜਨਤਾ ਵੀ ਬਹੁਤ ਦੁਖੀ ਸੀ, ਪਰ ਮਨੋਂ ਕਮਜ਼ੋਰ ਹੋਣ ਕਰਕੇ ਹਿੰਮਤ ਹਾਰ ਬੈਠੀ ਸੀ। ਇਹ ਤਾਂ ਕਲਗੀਧਰ ਦੇ ਸਾਜੇ ਸਿੰਘ ਸਿੰਘਣੀਆਂ ਹੀ ਸਨ ਜੋ ਦੁਸ਼ਮਣ ਤੋਂ ਨਹੀਂ ਸੀ ਡਰਦੇ। ਮਾਤਾ ਜੀ, ਸਾਨੂੰ ਹੁਣ ਚੱਲਣਾ ਚਾਹੀਦਾ। ਜਥੇਦਾਰ ਸਾਹਿਬ ਦਾ ਸੁਨੇਹਾ ਰਾਤ ਪਹਿਲੇ ਪੈਰ 2 ਘੜੀਆਂ ਬੀਤਣ ਤੇ ਪਹੁੰਚਣ ਦਾ ਸੀ। ਸਾਨੂੰ ਪਹੁੰਚਦਿਆਂ 2 ਘੰਟੇ ਲੱਗ ਜਾਣੇ। ਠੀਕ ਹੈ, ਤੁਸੀਂ ਚੱਲੋ। ਗੁਰੂ ਤੁਹਾਡੇ ਅੰਗ ਸੰਗ ਹੈ। ਚੜ੍ਹਦੀਆਂ ਕਲਾ ਵਿੱਚ ਰਹਿਣਾ ਅਤੇ ਸ਼ੁਭ ਕਰਮ ਕਰਕੇ ਦੇਸ਼ ਕੌਮ ਦੀ ਸੇਵਾ ਕਰਨੀ। ਖਿਆਲ ਰਹੇ, ਮੈਂ ਜੰਗ ਵਿੱਚੋਂ ਪਿੱਠ ਦਿਖਾ ਕੇ ਮੁੜੇ ਜਿਉਂਦੇ ਚਿਹਰੇ ਨਾਲੋਂ ਆਪਣੇ ਸ਼ਹੀਦ ਪੁੱਤਰ ਦੀ ਲਾਸ਼ ਦੇਖਣਾ ਪਸੰਦ ਕਰਾਂਗੀ। ਮਾਤਾ ਜੀ, ਅਸੀਂ ਤੁਹਾਡੇ ਬਚਨਾਂ ਤੇ ਕਾਇਮ ਰਹਾਂਗੇ। ਅਸੀਂ ਗੁਰੂ ਦੇ ਯੋਧੇ ਸਿੰਘ ਬਣ ਕੇ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਜ਼ਾਲਮਾਂ ਦਾ ਟਾਕਰਾ ਕਰਾਂਗੇ। ਤੁਸੀਂ ਬਸ ਮੇਰੀ ਬੇਬੇ ਨੂੰ ਦੱਸ ਦੇਣਾ ਕਿ ਮੈਂ ਨਰਭੈ ਵੀਰ ਨਾਲ ਗਿਆ। ਮੈਂ ਇਸ ਡਰੋਂ ਕਿ ਸ਼ਾਇਦ ਉਹ ਮੈਨੂੰ ਇਸ ਸੇਵਾ ਵਿੱਚ ਜਾਣ ਨਾ ਦੇਵੇ, ਆਪਣੀ ਬੇਬੇ ਨੂੰ ਬਗੈਰ ਦੱਸੇ ਆਇਆ। ਠੀਕ ਆ ਪੁੱਤ ਬਘੇਲ ਸਿੰਘ, ਮੈਂ ਭੈਣ ਬਲਬੀਰ ਕੌਰ ਨੂੰ ਦੱਸ ਦਿਆਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਆਪਾਂ ਜਥੇਦਾਰ ਸਾਹਿਬ ਨੂੰ ਕਿੱਥੇ ਮਿਲਣਾ? ਜਥੇਦਾਰ ਸਾਹਿਬ ਨੇ ਦਰਿਆ ਪਾਰ ਜੰਗਲ ਵਿੱਚ ਇਕੱਠੇ ਹੋਣ ਵਾਸਤੇ ਕਿਹਾ ਹੈ। ਨੇੜਲੇ ਪਿੰਡਾਂ ਤੋਂ ਹੋਰ ਜਥੇ ਵੀ ਉੱਥੇ ਪਹੁੰਚ ਰਹੇ ਨੇ। ਅੱਗੇ ਕਿੱਥੇ ਜਾਣਾ ਹੈ ਇਹ ਹਾਲੇ ਨਹੀਂ ਦੱਸਿਆ ਗਿਆ। ਹਾਂ, ਇੰਨਾ ਜ਼ਰੂਰ ਹੈ ਕਿ ਅਸੀਂ ਬਾਬਾ ਬੰਦਾ ਸਿੰਘ ਜੀ ਦੀ ਜਥੇਦਾਰੀ ਹੇਠ ਇਕੱਠੇ ਹੋਣਾ। ਬੰਦਾ ਸਿੰਘ? ਹਾਂ, ਬੰਦਾ ਸਿੰਘ। ਕੌਣ ਹੈ? ਇੰਨੀ ਰਾਤ ਜੰਗਲ ਵਿੱਚ ਕੀ ਕਰ ਰਹੇ ਹੋ? ਹਜ਼ੂਰ,
ਅਸੀਂ ਪਿੰਡ ਖੇੜੀ ਦੇ ਕਿਸਾਨ ਹਾਂ ਜੀ। ਮੇਰੀ ਮਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ, ਇਸ ਲਈ ਨਦੀ ਪਾਰ ਵੈਦ ਹਲਦੀ ਰਾਮ ਕੋਲ ਚੱਲੇ ਹਾਂ। ਅਸੀਂ ਜਾਈਏ ਹਜ਼ੂਰ। ਠੀਕ ਹੈ ਠੀਕ ਹੈ, ਜਾਓ। ਭਾਈ ਸਾਹਿਬ, ਉਹ ਤਾਂ ਸਿਰਫ ਤਿੰਨ ਮੁਗਲ ਸਨ, ਤੁਸੀਂ ਮੈਨੂੰ ਰੋਕਿਆ ਕਿਉਂ? ਪਾਰ ਬੁਲਾ ਦੇਣਾ ਸੀ ਤਿੰਨਾਂ ਨੂੰ। ਬਘੇਲ ਸਿੰਘ, ਤੈਨੂੰ ਬਹੁਤ ਮੌਕੇ ਮਿਲਣਗੇ ਆਪਣੀ ਕਿਰਪਾਨ ਦੇ ਜ਼ੋਰ ਦਿਖਾਉਣ ਦੇ, ਪਰ ਇਹ ਵੇਲਾ ਸਿਆਣਪ ਨਾਲ ਚੱਲਣ ਦਾ। ਸਾਨੂੰ ਸਰਕਾਰ ਨੂੰ ਸਾਵਧਾਨ ਹੋਣ ਦਾ ਮੌਕਾ ਨਹੀਂ ਦੇਣਾ ਚਾਹੀਦਾ। ਮਾਫ਼ੀ ਚਾਹੁੰਦਾ, ਪਰ ਭਾਈ ਸਾਹਿਬ, ਤੁਸੀਂ ਮੈਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਦੱਸ ਰਹੇ ਸੀ, ਕੌਣ ਨੇ ਉਹ, ਕਿੱਥੋਂ ਆਏ ਨੇ? ਬਾਬਾ ਜੀ ਦਾ ਜਨਮ ਅਤੇ ਬਚਪਨ ਕਸ਼ਮੀਰ ਦੇ ਰਜੌਰੀ ਇਲਾਕੇ ਦਾ। ਪਹਿਲਾ ਨਾਮ ਲਕਸ਼ਮਣ ਦੇਵ ਸੀ। ਜਵਾਨੀ 'ਚ ਬਾਬਾ ਜੀ ਬੜੇ ਜਾਂਬਾਜ਼ ਅਤੇ ਫੁਰਤੀਲੇ ਸਨ, ਕਮਾਲ ਦੇ ਫੁਰਤੀਲੇ। ਸ਼ਿਕਾਰ ਦਾ ਸ਼ੌਕ ਰੱਖਦੇ ਸਨ ਅਤੇ ਤਕੜੇ ਸ਼ਿਕਾਰੀ ਸਨ। ਇੱਕ ਦਿਨ ਜੰਗਲ 'ਚ ਸ਼ਿਕਾਰ ਲਈ ਗਏ, ਇੱਕ ਹਿਰਨੀ 'ਤੇ ਨਿਗਾਹ ਪੈ ਗਈ। ਮੌਕਾ ਦੇਖ ਕੇ ਤੀਰ ਚਲਾਇਆ ਅਤੇ ਹਿਰਨੀ ਡਿੱਗ ਪਈ। ਜਦ ਬਾਬਾ ਜੀ ਆਪਣੇ ਸ਼ਿਕਾਰ ਨੇੜੇ ਆਏ ਤਾਂ ਦੇਖ ਕੇ ਦੰਗ ਰਹਿ ਗਏ। ਉਹ ਹਿਰਨੀ ਗਰਭਵਤੀ ਸੀ। ਲਕਸ਼ਮਣ ਦੇਵ ਦੀਆਂ ਅੱਖਾਂ ਸਾਹਮਣੇ ਮਰੀ ਹੋਈ ਹਿਰਨੀ ਦੇ ਦੋ ਬੱਚੇ ਪੈਦਾ ਹੋਏ ਅਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਏ। ਇਸ ਦ੍ਰਿਸ਼ ਦਾ ਲਕਸ਼ਮਣ ਦੇਵ 'ਤੇ ਬੜਾ ਹੀ ਗਹਿਰਾ ਅਸਰ ਪਿਆ। ਪਛਤਾਵੇ ਦੇ ਦਰਦ ਨਾਲ ਸਭ ਕੁਝ ਤਿਆਗ ਕੇ ਬੈਰਾਗੀ ਬਣ ਗਿਆ। ਇਸ ਬੈਰਾਗੀ ਅਵਸਥਾ ਵਿੱਚ ਜੰਗਲ ਪਰਬਤ ਘੁੰਮਦੇ ਫਿਰਦੇ ਦਾ ਮੇਲ ਦੱਖਣ ਵਿੱਚ ਔਗੜ ਨਾਥ ਜੋਗੀ ਨਾਲ ਹੋਇਆ, ਜਿਸ ਦਾ ਚੇਲਾ ਬਣ ਕੇ ਨਾਮ ਮਾਧੋ ਦਾਸ ਰੱਖ ਲਿਆ। ਜਪ ਤਪ ਨਾਲ ਕੁਝ ਰਿੱਧੀਆਂ ਸਿੱਧੀਆਂ ਹਾਸਲ ਕਰ ਲਈਆਂ ਅਤੇ ਨੰਦੇੜ ਨੇੜੇ ਗੋਦਾਵਰੀ ਕੰਢੇ ਆਪਣਾ ਡੇਰਾ ਬਣਾ ਲਿਆ। ਗੈਬੀ ਤਾਕਤਾਂ ਹਾਸਲ ਕਰਕੇ ਹੰਕਾਰ ਹੋ ਗਿਆ ਸੀ ਅਤੇ ਭਗਤਾਂ ਅਤੇ ਰੱਬ ਦੇ ਬੰਦਿਆਂ ਨੂੰ ਤੰਗ ਕਰਨ ਲੱਗ ਪਿਆ। ਦਸਮੇਸ਼ ਪਿਤਾ ਜਦ ਨੰਦੇੜ ਪਹੁੰਚੇ ਤਾਂ ਉਹਨਾਂ ਮਾਧੋ ਦਾਸ ਦੀਆਂ ਅੱਖਾਂ ਖੁੱਲੀਆਂ। ਉਸ ਨੂੰ ਤੰਤਰ ਮੰਤਰ ਅਤੇ ਕਰਾਮਾਤਾ ਤੋਂ ਵਰਜਿਆ। ਮਾਧੋ ਦਾਸ ਦੀ ਤਾਂ ਜਿਵੇਂ ਕਾਇਆ ਹੀ ਪਲਟ ਗਈ ਹੋਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੋਰ ਰਹਿਮਤ ਕੀਤੀ, ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਗੁਰਮਤ ਅਨੁਸਾਰ ਨਵਾਂ ਨਾਮ ਬਖਸ਼ਿਆ, ਗੁਰਬਖਸ਼ ਸਿੰਘ। ਫਿਰ ਬੰਦਾ ਸਿੰਘ ਬਹਾਦਰ ਨਾਮ ਕਿਵੇਂ? ਜਦ ਬਾਬਾ ਜੀ ਗੁਰੂ ਸਾਹਿਬ ਨੂੰ ਪਹਿਲੀ ਵਾਰ ਮਿਲੇ ਸੀ ਤਾਂ ਕਿਹਾ, ਮੈਂ ਆਪ ਦਾ ਬੰਦਾ। ਇਸ ਲਈ ਗੁਰੂ ਸਾਹਿਬ ਉਹਨਾਂ ਨੂੰ ਪਿਆਰ ਨਾਲ ਬੰਦਾ ਸਿੰਘ ਬਹਾਦਰ ਬੁਲਾਉਂਦੇ ਸਨ। ਗੁਰਬਖਸ਼ ਸਿੰਘ ਜੀ ਨੇ ਗੁਰੂ ਸਾਹਿਬ ਅਤੇ ਹੋਰਨਾਂ ਸਿੰਘਾਂ ਤੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਸੁਣਿਆ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ, ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਦਾ ਇਤਿਹਾਸ ਸੁਣ ਕੇ ਬਾਬਾ ਜੀ ਬੜੇ ਭਾਵਕ ਹੋ ਗਏ। ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਮੱਕਾਰੀ ਅਤੇ ਗੁਰੂ ਘਰ ਨਾਲ ਧਰੋਹ ਇਹਨਾਂ ਤੋਂ ਬਰਦਾਸ਼ਤ ਨਾ ਹੋਇਆ ਅਤੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਦੁਸ਼ਟਾਂ ਨੂੰ ਸੋਧਣ ਵਾਸਤੇ ਪੰਜਾਬ ਆਉਣ ਦੀ ਆਗਿਆ ਮੰਗੀ। ਅਕਤੂਬਰ 1708, ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਬਾਬਾ ਜੀ ਪੰਜ ਵਿਸ਼ੇਸ਼ ਸਿੰਘਾਂ, ਵਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਦਇਆ ਸਿੰਘ, ਰਣ ਸਿੰਘ ਅਤੇ 20 ਹੋਰ ਸਿੰਘਾਂ ਨਾਲ ਨੰਦੇੜ ਤੋਂ ਚਲੇ। ਗੁਰੂ ਜੀ ਨੇ ਬਾਬਾ ਜੀ ਨੂੰ ਖਾਲਸਾ ਪੰਥ ਵਾਸਤੇ ਹੁਕਮਨਾਮਾ, 5 ਤੀਰ ਅਤੇ 1 ਨਗਾਰਾ ਵੀ ਬਖਸ਼ਿਸ਼ ਕੀਤਾ। ਭਾਵੇਂ ਦਿੱਲੀ ਦੇ ਬਾਦਸ਼ਾਹ ਬਹਾਦੁਰ ਸ਼ਾਹ ਨੇ ਗੁਰੂ ਘਰ ਨਾਲ ਚੰਗੇ ਸੰਬੰਧ ਰੱਖੇ ਸਨ, ਪਰ ਵਜ਼ੀਰ ਖਾਨ ਵਰਗੇ ਹਾਲੇ ਵੀ ਗੁਰੂ ਸਾਹਿਬ ਨੂੰ ਆਪਣਾ ਦੁਸ਼ਮਣ ਸਮਝਦੇ ਸਨ। ਇਸ ਲਈ ਆਪਣੇ ਸੁਹੀਏ ਗੁਰੂ ਸਾਹਿਬ ਅਤੇ ਸਿੰਘਾਂ 'ਤੇ ਨਜ਼ਰ ਰੱਖਣ ਵਾਸਤੇ ਛੱਡੇ ਹੋਏ ਸਨ। ਖਾਲਸਾ ਫੌਜਾਂ ਇਸ ਖਤਰੇ ਤੋਂ ਜਾਣਕਾਰ ਸਨ, ਇਸ ਲਈ ਬਾਬਾ ਬੰਦਾ ਸਿੰਘ ਦਾ ਨੰਦੇੜ ਤੋਂ ਚੱਲਣਾ ਗੁਪਤ ਰੱਖਿਆ ਗਿਆ। ਪਰ ਮੁਗਲਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਅਤੇ ਨੰਦੇੜ ਦੇ ਹਾਕਮ ਨੇ ਆਪਣੇ ਸਿਪਾਹੀ ਬੰਦਾ ਸਿੰਘ ਜੀ ਦੇ ਪਿੱਛੇ ਭੇਜ ਦਿੱਤੇ। ਸੁਣਤੇ ਪੁਨੀਤ ਕਹਤੇ ਪਵਿੱਤ,
सतगुरिहा परपूरे, बिनवंत नानक गुर चरण लागे, वाजे अनहद दूर। वाहिगुरु जी का खालसा, वाहिगुरु जी की फतेह। मुगल जसूस शायद साडा पिछा कर रहे हैं। बेशक हुण तक वह जरूर साडे नेड़े पहुंच गए होणगे, इसलिए सानू किसी जुगत नाल जासूसां नू चकाणी दे के तेजी नाल अगे वधना चाहीदा। देखो मीह पिया होण करके जासूसां लई साडा पिछा करना औखा नहीं, साढ़े घोड़ियां दियां पैड़ां नाल सानू लभना बड़ा सौखा है। इसलिए असीं हुण इत्थों पंज जथे बना के अलग अलग दिशा विच चलांगे। कोई 25 को चल के सारे उत्तर पछम वल चलना, रात पैण ते मंगल तारे दी सेध पकड़नी, अते अज तो 4 दिन बाद पंडेरा कस्बे दे पहरवार अंबां दे बाग विच मिलांगे। दिल्ली तक असी इस तरह ही सरकार अते फौज तो बच के चलना है। सुनो, अपना कुछ कुछ सामान चाड़ी विच लुको जाओ, लुकाउणा इंज के दिसदा रहे। ओए आ देखो, वो घोड़े इधर नू गए ने, आओ पिछा करिए। नहीं नहीं, घोड़े दी पैड़ मेरी वाली दिशा नू चलदी है, सानू इधर जाना चाहिदा है। पता नहीं की कही जांदे हो, घोड़े दा इधर नू भी गए लगदे ने। लगदा है सानू बेवकूफ बना गए, ए सिख बड़े चलाक ने। इवें नहीं हो सकदा, उहनां नू की पता कि असी पिछा कर रहे हैं। शायद तू ठीक कह रहे हैं। वो वेखो, सिखां ने कपड़े ते होर समान इत्थे लकाया जे, शायद शिकार करन गए ने। मुड़दे इत्थे जरूर आउणगे अपना समान चुकण। असी कुछ दूर लुक के बैठदे हाँ ते फिर उन्हां ते निगाह रखांगे। लगदा मुगल जसूस धोखा खा गए, कोई भी हाले तक पिछे नहीं आया। ठीक है, पर दुश्मन नू कदे कमजोर जां मूर्ख नहीं समझणा, ओ जरूर साडा पिछा करनगे। इस लई जिवें ही सारे सिंह कट्ठे हुंदे आ, असी तेजी नाल पंजाब वल वधांगे। लो भाई कान सिंह दा जत्था भी पहुंच गया। की गल, बड़े गंभीर लग रहे हो। पिछली रात असी जिस सराह विच ठहरे सी उत्थे फौज दे सिपाही आपस विच गल्लां कर रहे सी। उन्हां दी गलबात तो पता लगा कि सच्चे पातशाह ज्योति जो समा गए ने। वाहिगुरु सच्चे पातशाह। भाई कहान सिंह ने अगे होर वसीलियां तो गुरु साहिब दे ज्योति जोत समाउण दी जानकारी हासिल कीती। ए भी पता लग्या कि दशमेश जी ने गुरियाई गुरु ग्रंथ साहिब नू सौंप के देहधारी परंपरा समाप्त कर दिती है। सिंघां वास्ते ए दुखदाई खबर सी, पर गुरु साहिब ने शब्द गुरु दा जो सिद्धांत बख्शिया, सिंघां दा ए दृढ़ विश्वास सी कि गुरु साहिब जोत करके गुरबाणी विच विराजमान हन। बदले हालात ते लंबी विचार तो बाद भाई विनोद सिंह ने निर्णा सुनाया। असी सारे गुरु साहब दी आज्ञा नाल पंजाब विच जुलम दे टाकरे दी तैयारी ली चले हां। हुण जद कलगीधर पातशाह ज्योति जोत समागे ने, इसलिए बंदा सिंह जी खालसा पंथ दी इस महान कार्ज विच अगवाई करनगे। खालसा जी, गुरु साहिब दे हुक्म अनुसार पंज प्यारे सर्वोच्च हन। दास पंजां प्यारियां दे हुक्म ते सलाह अनुसार इस जिम्मेवारी नू निभाएगा। आप जी ने इस कारज विच अगवाई करना। जद तक असीं पंजाब नहीं पहुंच जांदे, सानू हकूमत तों बच के चलना है। दिल्ली तक दा लंबा पेंडा असीं छोटे जथियां विच वखरे वखरे चल के पूरा करना। पंजाब तक पहुंचना खतरे तो खाली नहीं सी, इसलिए सिंह पांच छोटे जत्थियां विच अलग अलग चलते सी। हर 4-6 दिन बाद किसी मुकाम ते मिलदे अते अगली व्योंत बनाउंदे। भरतपुर पहुंचण ते एक सिख व्यापारी ने बंदा सिंह जी नूं बहुत सारा धन सहायता वजों दिता।
इस तरह बाबा जी नूं दिल्ली तक दा करीब 1600 किलोमीटर दा सफर पूरा करदिआं एक साल लग गया। ओए मेरे पुत्ता की होया, ए माई क्यों रो रही है? की दसीए, कोर कलयुग है, कोर कलयुग। पर ए तां दसो होया की? ऐथों दा फौजदार बहुत जुल्मी है, हाकम ते सिपाही राज दे नशे विच आम जनता नूं दुख देंदे ने, जदों जी करदा पिंडां विचों लुट खो करदे ने। अज दिलावर खान इस माई दी कुड़ी चक के लै गया, इस मुंडे ने जद रोकिया तां अदमोया करके छड गए। ओ रब दे नेक बंदे हो, तुसी गुरु गोबिंद सिंह जी दे वीर सपुत्तर लगदे हो, सानू इस नरक वर्गी जिंदगी तो छुटकारा दवाओ। फौजदार दी शिकायत हाकम भी नहीं सुनदे। खालसा सोई निर्धन को पाले, खालसा सोई दुष्ट को गाले, एक गरीब प्रजा हाकमा तो दुखी है। खालसे दा धर्म है गरीब दी रक्षा करनी। आओ पहला इस दिलावर खान दी खबर लईए। सुनो, तुहाडा दोषी खालसे ने फड़ के तुहाडे सामने लिया खड़ा कीता है, इस दे कीते जुल्म दी सजा देण दा हक तुहाडा है। आओ भैणो, इस दी भुगत तुसी आप ही सवारो। मारो, 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 मारो। ओ गुरु दे बहादुर सिंघो, साडे कोल तुहाडा धन्नवाद करन वास्ते अखर नहीं हन। तुसा सानू इस लानत भरी जिंदगी तो छुटकारा दवाया है। मेरे कोल कोई पैसा जा गहना नहीं जो तुहाडी सेवा कर सका। आ मेरे दो जवान पुत्तर अपने जत्थे विच रला लो, ਇਹ ਤੁਹਾਡੇ ਨਾਲ ਜ਼ੁਲਮ ਦੇ ਖਿਲਾਫ ਲੜਨਗੇ। ਖਾਲਸੇ ਨੂੰ ਤੁਹਾਡੇ ਵਰਗੀਆਂ ਮਾਵਾਂ ਤੇ ਮਾਣ ਹੈ, ਇਹੋ ਜੀਆਂ ਮਾਵਾਂ ਦੇਸ਼ ਕੌਮ ਦੀ ਸੱਚੀ ਸੇਵਾ ਕਰਦੀਆਂ ਨੇ। ਗੁਰੂ ਸਾਹਿਬ ਤੁਹਾਨੂੰ ਬੇਅੰਤ ਖੁਸ਼ੀਆਂ ਦੇਣ। ਅਸੀਂ ਵੀ ਖਾਲਸਾ ਫੌਜ ਵਿੱਚ ਸ਼ਾਮਲ ਹੋਣਾ ਹੈ, ਅੱਜ ਤੋਂ ਅਸੀਂ ਵੀ ਜ਼ੁਲਮ ਦੇ ਖਿਲਾਫ ਜੂਝਾਂਗੇ ਤੇ ਇਸ ਮੁਗਲ ਰਾਜ ਦਾ ਸਫਾਇਆ ਕਰ ਦਿਆਂਗੇ। ਸ਼ਾਬਾਸ਼, ਆਓ ਫਿਰ ਆਪੋ ਆਪਣੇ ਸ਼ਸਤਰ ਲੈ ਆਓ। ਨਾਰਨੌਲ ਤੋਂ ਚੱਲ ਕੇ ਬਾਬਾ ਜੀ ਨੇ ਦਿੱਲੀ ਦੇ ਬਾਰ ਬਾਰ ਡਾਕੂਆਂ ਦਾ ਸਫਾਇਆ ਕੀਤਾ, ਉਸ ਤੋਂ ਅੱਗੇ ਸੋਨੀਪਤ ਤੇ ਕਬਜ਼ਾ ਕੀਤਾ, ਭਿਵਾਨੀ ਦਾ ਸਰਕਾਰੀ ਖਜ਼ਾਨਾ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੱਤਾ। ਗੁਰੂ ਸਾਹਿਬ ਦਾ ਹੁਕਮਨਾਮਾ ਬਾਬਾ ਜੀ ਦੀ ਆਪਣੀ ਸ਼ਖਸੀਅਤ ਅਤੇ ਦਲੇਰ ਕਾਰਨਾਮਿਆਂ ਦਾ ਸਦਕਾ ਆਮ ਲੋਕੀ ਬਹੁਤ ਪ੍ਰਭਾਵਿਤ ਹੋਏ ਅਤੇ ਮੁਗਲਾਂ ਦੇ ਜ਼ੁਲਮਾਂ ਦੇ ਖਿਲਾਫ ਉਹਨਾਂ ਦੇ ਨਾਲ ਹੋ ਤੁਰੇ। ਹੁਣ ਤੱਕ ਖਾਲਸਾ ਫੌਜ ਵਿੱਚ 4000 ਘੋੜ ਸਵਾਰ ਅਤੇ 7800 ਪੈਦਲ ਜਾਂਬਾਜ਼ ਸ਼ਾਮਿਲ ਹੋ ਚੁੱਕੇ ਸਨ। ਕੈਥਲ ਨੂੰ ਜਿੱਤ ਕੇ ਜਦ ਬਾਬਾ ਬੰਦਾ ਸਿੰਘ ਬਹਾਦੁਰ ਹਿਸਾਰ ਪਹੁੰਚੇ ਤਾਂ ਸਭ ਨੇ ਉਹਨਾਂ ਦਾ ਸਵਾਗਤ ਇੱਕ ਕੌਮੀ ਨੇਤਾ ਦੇ ਰੂਪ ਵਿੱਚ ਕੀਤਾ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਬੇਅੰਤ ਫੌਜਾਂ ਸਾਡੇ ਨਾਲ ਜੁੜ ਰਹੀਆਂ ਨੇ, ਪਰ ਇੰਨੀ ਵੱਡੀ ਫੌਜ ਦਾ ਖਰਚਾ ਚੁੱਕਣ ਵਾਸਤੇ ਸਾਡੇ ਕੋਲ ਸਾਧਨ ਹੀ ਨਹੀਂ ਹਨ। ਦਸ਼ਮੇਸ਼ ਪਿਤਾ ਦਾ ਹੁਕਮ ਹੈ ਔਕੜ ਵੇਲੇ ਅਰਦਾਸ ਕਰਨੀ, ਆਪ ਪੰਜ ਸਿੰਘਾਂ ਤੇ ਗੁਰੂ ਸਾਹਿਬ ਦੀ ਵਿਸ਼ੇਸ਼ ਖੁਸ਼ੀ ਹੈ। ਕਿਰਪਾ ਕਰਕੇ ਆਪ ਜੀ ਖਾਲਸੇ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ। ਅਰਦਾਸ ਦੀ ਐਸੀ ਕਲਾ ਵਰਤੀ ਕਿ ਦੁਨੀਆ ਮਾਇਆ ਅਤੇ ਜ਼ੇਵਰਾਤ ਲੈ ਕੇ ਬਾਬਾ ਜੀ ਪਾਸ ਆਉਣ ਲੱਗ ਪਈ। ਦੇਖਦਿਆਂ ਦੇਖਦਿਆਂ ਧਨ ਦੇ ਅੰਬਾਰ ਲੱਗ ਗਏ। ਬਾਬਾ ਜੀ ਤਾਂ ਵੈਸੇ ਹੀ ਬੜੇ ਖੁੱਲ੍ਹੇ ਦਿਲ ਵਾਲੇ ਸਨ, ਸਾਰਾ ਪੈਸਾ ਫੌਜਾਂ ਵਿੱਚ ਖੁੱਲ੍ਹਾ ਵੰਡ ਦਿੱਤਾ, ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ। ਖਾਲਸਾ ਜੀ, ਸਮਾਣਾ ਇੱਥੋਂ ਸਿਰਫ 8 ਕੋਹ ਦੀ ਵਾਟ ਤੇ ਹੈ। ਆਓ ਮੁਗਲ ਸਰਕਾਰ ਦੇ ਇਸ ਵੱਡੇ ਮੁਕਾਮ ਨੂੰ ਫਤਿਹ ਕਰੀਏ। ਯਾਂ ਉਪਜ ਸਿੰਘ ਪੁਚੰਗੀਏ ਨੀਲੰਬਰ ਤਾਰਾ, ਤੁਰਕ ਤੁਸ਼ਟ ਸਭ ਸ਼ੈ ਕੀਏ ਹਰ ਨਾਮ
ਸਿੰਘ ਪੁਚੰਗੀਏ ਨੀਲੰਬਰ ਤਾਰਾ ਤੁਰਕ ਪੁਸ਼ਟ ਸਭ ਛੈਕੀਏ ਹਰ ਨਾਮ ਉਚਾਰਾ ਤੁਰਕ ਪੁਸ਼ਟ ਸਭ ਛੈਕੀਏ ਹਰ ਨਾਮ ਉਚਾਰਾ ਬਾਬਾ ਬੰਦਾ ਸਿੰਘ ਜੀ ਦਾ ਆਉਣਾ ਸੁਣ ਕੇ ਖਾਲਸੇ ਵਿੱਚ ਇੱਕ ਨਵਾਂ ਚਾਹ ਪੈਦਾ ਹੋ ਗਿਆ। ਇੱਕ ਪਾਸੇ ਲੋਕਾਂ ਨੇ ਦੱਬੇ ਹੋਏ ਸ਼ਸਤਰ ਕੱਢ ਲਏ ਤੇ ਦੂਜੇ ਪਾਸੇ ਨਵੇਂ ਸ਼ਸਤਰ ਤਿਆਰ ਹੋਣੇ ਸ਼ੁਰੂ ਹੋ ਗਏ। आजा मेरी जान। वाह, खुदा ने क्या खूबसूरत बनाया है। ये तो है, पता नहीं खुदा काफिरों को इतनी खूबसूरत हूरें क्यों देता है। चलो कोई नहीं, जब हमने इसे उठा ही लिया तो काफिर थोड़ा रह जाएगी। ठहर जाओ, क्यों अपनी मौत नु बुलांदे हो? अपनी खैर चाहते हो ता अगे ना वधना। वाह वाह, ये गुड़िया तो बोलती भी है। अरे हमें डराती हो? लगता तुसी बाज नहीं आना। लो फिर जे आए हो तो कुछ सेवा भी करा जाओ। ਸ਼ਾਬਾਸ਼ ਮੇਰੀ ਬੱਚੀ, ਤੇਰੇ ਤੇ ਗੁਰੂ ਦੀਆਂ ਅਪਾਰ ਖੁਸ਼ੀਆਂ ਨੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬਾ, ਤੂੰ ਇੱਥੇ ਕੱਲੀ ਕੀ ਕਰ ਰਹੀ ਸੀ? ਬਾਬਾ ਜੀ, ਸਾਡਾ ਬੀਬੀਆਂ ਦਾ ਜੁਝਾਰੂ ਜੱਥਾ ਏ ਤੇ ਖਾਲਸਾ ਫੌਜ ਵਿੱਚ ਸ਼ਾਮਿਲ ਹੋਣ ਵਾਸਤੇ ਆ ਰਹੀਆਂ ਸੀ। ਬਾਕੀ ਭੈਣਾਂ ਮੈਨੂੰ ਇੱਥੇ ਮਿਲਣਾ ਸੀ ਕਿ ਇਹ ਪਾਪੀ ਟੱਕਰ ਪਏ। ਸਤਵੰਤ ਕੌਰ, ਇਹ ਸਭ ਠੀਕ ਤਾਂ ਹੈ? ਆ ਮੁਗਲਾਂ ਨਾਲ ਕਿਹੜੀ ਝੜ ਪਈ ਹੈ? ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰ ਸਪੁੱਤਰੀ ਨੇ ਅੱਜ ਕੌਮ ਦਾ ਨਾਂ ਉੱਚਾ ਕੀਤਾ ਹੈ। ਮੇਰੀ ਬੱਚੀ ਨੇ ਅੰਮ੍ਰਿਤ ਦੀ ਸ਼ਕਤੀ ਦਾ ਅੱਜ ਕਮਾਲ ਦਾ ਨਜ਼ਾਰਾ ਦਿਖਾਇਆ ਹੈ। ਪੰਥ ਨੂੰ ਤੁਹਾਡੇ ਵਰਗੀਆਂ ਬਹਾਦਰ ਬੱਚੀਆਂ ਦੀ ਲੋੜ ਹੈ। ਆਓ ਸਮਾਣੇ ਤੇ ਚੜ੍ਹਾਈ ਦੀ ਤਿਆਰੀ ਕਰੀਏ। ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ਖਾਲਸਾ ਫੌਜਾਂ ਨੇ ਸਮਾਣਾ ਸ਼ਹਿਰ ਨੂੰ ਘੇਰਾ ਪਾ ਲਿਆ। ਨਾ ਕੋਈ ਬਾਹਰੋਂ ਸ਼ਹਿਰ ਦੇ ਅੰਦਰ ਜਾ ਸਕੇ ਅਤੇ ਨਾ ਹੀ ਅੰਦਰੋਂ ਬਾਹਰ। ਸ਼ਾਮ ਪਈ ਤੇ ਸਿੰਘਾਂ ਨੇ ਸਮਾਣਾ ਸ਼ਹਿਰ ਤੇ ਹਮਲਾ ਕਰ ਦਿੱਤਾ। ਇਲਾਕੇ ਦੇ ਹਾਕਮ ਦੇ ਸਿਪਾਹੀਆਂ ਨੇ ਕੁਝ ਦੇਰ ਮੁਕਾਬਲਾ ਕੀਤਾ ਪਰ ਸਿੰਘਾਂ ਦੇ ਜੋਸ਼ ਅੱਗੇ ਨਾ ਖੜ ਸਕੇ ਅਤੇ ਜਲਦੀ ਹਥਿਆਰ ਛੱਡ ਕੇ ਦੌੜ ਗਏ। ਯੋਂ ਉਪਜੇ ਸਿੰਘ ਪੁਚੰਗੀਏ ਨੀਲੰਬਰ ਤਾਰਾ ਤੁਰਕ ਦੁਸ਼ਟ ਸਭ ਛੈਕੀਏ ਹਰ ਨਾਮ ਉਚਾਰਾ ਤੁਰਕ ਦੁਸ਼ਟ ਸਭ ਛੈਕੀਏ ਹਰ ਨਾਮ ਉਚਾਰਾ। ਖਾਲਸਾ ਫੌਜਾਂ ਨੇ ਸਮਾਣਾ ਦੇ ਹਾਕਮਾਂ ਦੀ ਚੰਗੀ ਖਬਰ ਲਈ
ਉਹਨਾਂ ਦੇ ਘਰ ਬਾਰ ਸਾੜ ਕੇ ਤਬਾਹ ਕਰ ਦਿੱਤੇ। ਹਰ ਮੁਗਲ ਆਪਣੀ ਜਾਨ ਬਚਾਉਣ ਵਾਸਤੇ ਲੁਕਿਆ ਫਿਰਦਾ ਸੀ। ਗੁਰੂ ਸਾਹਿਬ ਦੀ ਕਿਰਪਾ ਨਾਲ ਸਮਾਣਾ ਫਤਿਹ ਹੋਇਆ ਹੈ। ਇਹ ਸ਼ਹਿਰ ਮੁਗਲ ਸਰਕਾਰ ਦੇ ਕਈ ਉੱਚੇ ਰੁਤਬੇ ਵਾਲੇ ਜ਼ਾਲਮਾਂ ਦਾ ਘਰ ਹੈ। ਅੱਜ ਹਰ ਜ਼ਾਲਮ ਨੂੰ ਉਸਤੇ ਕੀਤੇ ਦੀ ਸਜ਼ਾ ਦਿੱਤੀ ਜਾਏਗੀ, ਕਿਸੇ ਜ਼ੁਲਮੀ ਨੂੰ ਨਹੀਂ ਬਖਸ਼ਿਆ ਜਾਏਗਾ। ਜ਼ਾਲਮ ਨੂੰ ਉਹਦੇ ਕੀਤੇ ਦੀ ਸਜ਼ਾ ਦੇਣਾ ਧਰਮ ਹੈ, ਪਰ ਯਾਦ ਰੱਖੋ, ਖਾਲਸੇ ਦਾ ਕਿਸੇ ਜਾਤ ਜਾਂ ਧਰਮ ਨਾਲ ਕੋਈ ਵੈਰ ਨਹੀਂ। ਇਹ ਖਿਆਲ ਰੱਖਣਾ ਕਿ ਗੁਰੂ ਪਾਤਸ਼ਾਹ ਦੇ ਪਾਏ ਪੂਰਨਿਆਂ 'ਤੇ ਚੱਲਣਾ ਹੈ। ਕਿਸੇ ਗਰੀਬ, ਨਿਰਦੋਸ਼, ਬੱਚੇ ਜਾਂ ਔਰਤ ਨੂੰ ਤੰਗ ਨਹੀਂ ਕਰਨਾ। ਪਰਾਈ ਇਸਤਰੀ ਖਾਲਸੇ ਦੀ ਧੀ ਭੈਣ ਸਮਾਨ ਹੈ, ਚਾਹੇ ਉਹ ਦੁਸ਼ਮਣ ਦੀ ਹੀ ਔਰਤ ਕਿਉਂ ਨਾ ਹੋਵੇ। ਬਾਬਾ ਜੀ, ਇਹ ਹੈ ਜਲਾਲੂਦੀਨ, ਗੁਰੂ ਤੇਗ ਬਹਾਦਰ ਸਾਹਿਬ ਦਾ ਕਾਤਿਲ। ਕਿਉਂ ਬਈ, ਹੁਣ ਕਿੱਥੇ ਗਈ ਤੈਨੂੰ ਦਿੱਤੀ ਔਰੰਗੇ ਦੀ ਤਲਵਾਰ? ਕੀ ਉਹ ਸਿਰਫ ਨਿਰਦੋਸ਼ ਤੇ ਨਿਹੱਤੇ ਤੇ ਹੀ ਚੱਲਦੀ ਹੈ? ਮੈਨੂੰ ਮੁਆਫ ਕਰੋ ਸਰਕਾਰ, ਮੈਨੂੰ ਮੁਆਫ ਕਰੋ ਸਰਕਾਰ। ਇਹ ਨੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਛੋਟੇ ਸਾਹਿਬਜ਼ਾਦਿਆਂ ਦੇ ਗੁਨਾਹਗਾਰ। ਸਾਨੂੰ ਮਾਫ ਕਰੋ, ਸਾਨੂੰ ਮਾਫ ਕਰੋ, ਅਸੀਂ ਤਾਂ ਸੂਬਾ ਸਰਹੰਦ ਦੇ ਕਹਿਣ ਤੇ ਪਾਪ ਕੀਤਾ ਸੀ। ਰਹਿਮ ਕਰੋ, ਰਹਿਮ ਕਰੋ। ਪਾਪੀਓ, ਤੁਸੀਂ ਮੇਰੇ ਪਾਤਸ਼ਾਹ ਦੇ ਮਾਸੂਮ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਨੇ, ਉਹਨਾਂ ਬੇਗੁਨਾਹਾਂ ਨੂੰ ਸ਼ਹੀਦ ਕਰਨ ਦਾ ਭਾਰੀ ਪਾਪ ਕਮਾਇਆ ਹੈ, ਹੁਣ ਰਹਿਮ ਦੀ ਭੀਖ ਮੰਗਦੇ ਹੋ? ਕੋਈ ਰਹਿਮ ਨਹੀਂ। ਖਾਲਸਾ ਜੀ, ਇਹਨਾਂ ਤਿੰਨਾਂ ਜੱਲਾਦਾਂ ਦੇ ਕੀਤੇ ਗੁਨਾਹਾਂ ਦੀ ਸਜ਼ਾ ਮੌਤ ਹੈ। ਪਾਪੀਓ, ਤੁਹਾਡਾ ਅੰਤ ਸਮਾਂ ਆ ਗਿਆ। ਅੱਲਾ ਨੂੰ ਯਾਦ ਕਰੋ ਤਾਂ ਕਿ ਤੁਹਾਡਾ ਪਾਪ ਕੁਝ ਘਟ ਸਕੇ। ਲੈ ਜਾਓ ਇਹਨਾਂ ਨੂੰ। ਗੁਰੂ ਖਾਲਸਾ ਜੀ, ਗੁਰੂ ਕਿਰਪਾ ਨਾਲ ਅੱਜ ਖਾਲਸੇ ਦੀ ਵੱਡੀ ਫਤਿਹ ਹੋਈ ਹੈ। ਅੱਜ ਤੋਂ ਭਾਈ ਫਤਿਹ ਸਿੰਘ ਜੀ ਸਮਾਣੇ ਦੇ ਹਾਕਮ ਹੋਣਗੇ ਅਤੇ ਖਾਲਸਾ ਪੰਚਾਇਤ ਦੀ ਸਲਾਹ ਨਾਲ ਇਸ ਸ਼ਹਿਰ ਦਾ ਪ੍ਰਬੰਧ ਚਲਾਉਣਗੇ। ਸਿੰਘਾਂ ਦਾ ਇੱਕ ਜੱਥਾ ਇੱਥੇ ਰੁਕੇਗਾ, ਬਾਕੀ ਫੌਜਾਂ ਨੇ ਹੁਣ ਸਡੌਰੇ ਵੱਲ ਵਧਣਾ ਹੈ। ਉੱਥੋਂ ਦੇ ਹਾਕਮ ਉਸਮਾਨ ਖਾਨ ਨੇ ਗੁਰੂ ਘਰ ਦੇ ਸੇਵਕ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ। ਧਮਕ ਕੋ ਕਾਪੇ ਗਿਰ ਪਾਰਾ, ਸਭ ਧਰਤੀ ਹਲ ਚੱਲ ਪਈ ਜੱਟ ਕਰ ਬਾਰਾ। ਇਹਨਾਂ ਲੜਾਈਆਂ ਵਿੱਚ ਖਾਲਸਾ ਫੌਜਾਂ ਦੇ ਹੱਥ ਬਹੁਤ ਸਾਰਾ ਖਜ਼ਾਨਾ, ਤੋਪਾਂ ਅਤੇ ਸ਼ਸਤਰ ਲੱਗੇ। ਮੁਖਲਿਸਪੁਰ ਦੇ ਕਿਲੇ ਦਾ ਨਾਂ ਲੋਹਗੜ੍ਹ ਰੱਖ ਕੇ ਬਾਬਾ ਜੀ ਨੇ ਕੁਝ ਸਮਾਂ ਸਰਹੰਦ ਤੇ ਚੜਾਈ ਦੀ ਤਿਆਰੀ ਅਤੇ ਵਿਉਂਦਬੰਦੀ ਲਈ ਬਿਤਾਇਆ। ਸਮਾਣੇ ਦੀ ਜਿੱਤ ਤੋਂ ਕੋਈ 5 ਮਹੀਨੇ ਬਾਅਦ ਖਬਰ ਮਿਲੀ ਕਿ ਮਾਝਾ ਤੇ ਦੁਆਬੇ ਦੀਆਂ ਖਾਲਸਾ ਫੌਜਾਂ ਕੀਰਤਪੁਰ ਸਾਹਿਬ ਪਹੁੰਚ ਗਈਆਂ ਹਨ। ਕੀਰਤਪੁਰ ਸਾਹਿਬ ਸੁਨੇਹਾ ਭੇਜਿਆ ਕਿ ਖਾਲਸਾ ਫੌਜਾਂ ਬਨੂੜ ਪਹੁੰਚ ਕੇ ਬਾਬਾ ਜੀ ਦੀ ਜੇਤੂ ਫੌਜਾਂ ਨੂੰ ਮਿਲਣ। ਮਈ 1710 ਦੇ ਸ਼ੁਰੂ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਮਜੈਲ ਅਤੇ ਦੁਆਬੇ ਦੇ ਸਿੰਘਾਂ ਦਾ ਤੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਲਸ਼ਕਰਾਂ ਦਾ ਮੇਲ ਹੋਇਆ।
सरदार वजीर खान नूं बाबा जी दी ललकार भरी चिट्ठी मिली। हजूर, बंदा सिंह तां साडे सिरां ते आ बैठा, समाने तो लैके बनूड़ तक सारे हाकम उसने मार मुकाए ने, अते अपने सिंघां नूं हाकम बना दित्ता। बंदा सिंह, बंदा सिंह, बंदा सिंह, मैं ना सुन के थक गया। इस बंदे विच की है जो मुगल राज नूं वक्त पाई फिरदा है? हजूर, बंदा सिंह तां करामाती इंसान है, सुने इस नूं जादू भी आंदा है, जे हाथ फेर दवे तां वड्डे तों वड्डा जखम भी ठीक हो जांदा है। ਇਹ ਤਾਂ ਮੋਇਆ ਨੂੰ ਜੀਵਾਨ ਦੀ ਵੀ ਤਾਕਤ ਰੱਖਦਾ ਹੈ। ਬਾਦਸ਼ਾਹ ਬਹਾਦਰ ਸ਼ਾਹ ਦੀ ਗੁਰੂ ਗੋਬਿੰਦ ਸਿੰਘ ਨਾਲ ਦੋਸਤੀ ਸਾਡੀ ਜਾਨ ਦਾ ਖਤਰਾ ਬਣ ਗਈ ਹੈ। ਮੈਂ ਤਾਂ ਆਪਣੇ ਪਠਾਨ ਭੇਜ ਕੇ ਗੋਬਿੰਦ ਸਿੰਘ ਤੇ ਹਮਲਾ ਵੀ ਕਰਵਾਇਆ ਸੀ, ਪਰ ਨਵਾਬ ਸਾਹਿਬ, ਜੇ ਦਿੱਲੀ ਤੋਂ ਮਦਦ ਦੀ ਉਮੀਦ ਨਹੀਂ ਹੈ ਤਾਂ ਸਾਨੂੰ ਹੀ ਕੁਛ ਕਰਨਾ ਚਾਹੀਦਾ ਹੈ, ਨਹੀਂ ਤਾਂ ਬੰਦਾ ਸਿੰਘ ਸਾਡੀ ਮੌਤ ਬਣ ਕੇ ਆਇਆ ਹੀ ਸਮਝੋ। ਦੀਵਾਨ ਸੁੱਚਾਨੰਦ, ਤੁਸੀਂ ਆਪਣੇ ਭਤੀਜੇ ਨੂੰ ਕਹੋ ਕਿ 1000 ਫੌਜਾਂ ਲੈ ਕੇ ਬੰਦਾ ਸਿੰਘ ਨਾਲ ਰਲ ਜਾਏ। ਇਹ ਕੀ ਕਹਿ ਰਹੇ ਹੋ ਨਵਾਬ ਸਾਹਿਬ? ਠੀਕ ਕਹਿ ਰਿਹਾ, ਸੁਣੋ, ਉਸ ਨੂੰ ਕਹਿਣਾ ਜਦੋਂ ਸਾਡੀ ਫੌਜ ਬੰਦਾ ਸਿੰਘ ਨਾਲ ਭਿੜੇ, ਐਨ ਉਸੇ ਵੇਲੇ ਆਪਣੇ ਸਾਥੀਆਂ ਨਾਲ ਮੈਦਾਨੇ ਜੰਗ ਵਿੱਚੋਂ ਭੱਜ ਜਾਏ। ਵਾਹ ਨਵਾਬ ਸਾਹਿਬ ਵਾਹ, ਇਹ ਬਹੁਤ ਖੂਬ ਚਾਲ ਹੈ। ਆਪਣੇ ਸਾਥੀਆਂ ਨੂੰ ਭੱਜਦਾ ਵੇਖ ਕੇ ਬਾਕੀ ਦੇ ਸਿੰਘਾਂ ਦੇ ਹੌਸਲੇ ਡਿੱਗ ਜਾਣਗੇ ਤੇ ਉਹ ਵੀ ਮੈਦਾਨ ਛੱਡ ਕੇ ਦੌੜ ਜਾਣਗੇ, ਤੇ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਅਸੀਂ ਫੜ ਲਵਾਂਗੇ। ਵਜ਼ੀਰ ਖਾਨ ਨੇ ਪੂਰੇ ਪੰਜਾਬ ਵਿੱਚੋਂ ਜਿਹਾਦ ਦਾ ਨਾਰਾ ਦੇ ਕੇ 25-30 ਹਜ਼ਾਰ ਫੌਜਾਂ ਇਕੱਠੀਆਂ ਕਰ ਲਈਆਂ। ਸਰਹੰਦ ਤੋਂ 8 ਮੀਲ ਦੂਰ ਚੱਪੜਚਿੜੀ ਦੇ ਮੈਦਾਨ ਵਿੱਚ ਮੋਰਚੇ ਗੱਡ ਕੇ ਬਹਿ ਗਿਆ ਅਤੇ ਖਾਲਸਾ ਫੌਜਾਂ ਦੀ ਉਡੀਕ ਕਰਨ ਲੱਗਾ। ਵਜ਼ੀਰ ਖਾਨ ਦੀ ਬਚਾਓ ਵਾਲੀ ਮੋਰਚਾਬੰਦੀ ਸੀ। ਸਭ ਤੋਂ ਅੱਗੇ 50 ਦੇ ਕਰੀਬ ਤੋਪਾਂ ਸਨ ਤੇ ਤੋਪਖਾਨੇ ਦੇ ਪਿੱਛੇ 100 ਮਸਤ ਹਾਥੀਆਂ ਦੀ ਦੀਵਾਰ ਅਤੇ ਉਸ ਤੋਂ ਪਿੱਛੇ ਪੈਦਲ ਤੇ ਘੋੜ ਸਵਾਰ ਫੌਜਾਂ। ਖੱਬੇ ਪਾਸੇ ਸ਼ੇਰ ਮੁਹੰਮਦ ਖਾਨ ਦੀਆਂ ਪਠਾਨ ਫੌਜਾਂ ਸਨ, ਵਿਚਕਾਰ ਆਪਣੀਆਂ 15,000 ਤਨਖਾਹਦਾਰ ਫੌਜਾਂ ਨਾਲ ਵਜ਼ੀਰ ਖਾਨ ਸੀ। ਸੱਜੀ ਬਾਹੀ ਤੇ 5,000 ਗਾਜੀਆਂ ਨਾਲ ਬੇਖਾਨ ਖੜਾ ਸੀ। ਮੁਗਲ ਫੌਜਾਂ ਤੋਂ ਉਰੇ ਕਾਫੀ ਅੱਗੇ ਕੁਝ ਰੁੱਖਾਂ ਦੇ ਝੁੰਡ ਸਨ ਅਤੇ ਨਾਲ ਹੀ ਸੱਜੇ ਪਾਸੇ ਇੱਕ ਉੱਚਾ ਟਿੱਬਾ। ਬਾਬਾ ਜੀ ਨੇ ਇੱਕ ਸਿਆਣੇ ਜਰਨੈਲ ਵਾਂਗ ਵਜ਼ੀਰ ਖਾਨ ਦੀ ਇੱਕ ਵੱਡੀ ਗਲਤੀ ਨੂੰ ਸਮਝ ਲਿਆ। ਵਜ਼ੀਰ ਖਾਨ ਦੀ ਫੌਜ 25-30 ਹਜ਼ਾਰ ਹੈ, ਗਿਣਤੀ ਵਿੱਚ ਖਾਲਸਾ ਫੌਜਾਂ ਥੋੜੀਆਂ ਹੀ ਘੱਟ ਹਨ, ਪਰ ਮੁਗਲਾਂ ਕੋਲ ਬਹੁਤ ਵੱਡਾ ਤੋਪਖਾਨਾ ਅਤੇ 100 ਤੋਂ ਵੱਧ ਹਾਥੀ ਵੀ ਹਨ। ਸਾਨੂੰ ਅਚਨਚੇਤ ਵੈਰੀਆਂ ਤੇ ਟੁੱਟ ਕੇ ਪੈ ਜਾਣਾ ਚਾਹੀਦਾ ਹੈ। ਮੁਸਤਫਾਬਾਦ ਤੇ ਸਮਾਣਾ ਵਾਂਗ ਜਿੱਤ ਸਾਡੀ ਹੀ ਹੋਵੇਗੀ। ਨਹੀਂ, ਹੁਣ ਸਾਡਾ ਮੁਕਾਬਲਾ ਇੱਕ ਕਾਮਯਾਬ ਜਰਨੈਲ ਨਾਲ। ਵਜ਼ੀਰ ਖਾਨ ਨੇ ਜ਼ਿੰਦਗੀ ਵਿੱਚ ਕੋਈ ਲੜਾਈ ਨਹੀਂ ਹਾਰੀ। ਉਸ ਦੀ ਮੋਰਚਾਬੰਦੀ ਦੱਸਦੀ ਹੈ ਕਿ ਉਹ ਖਾਲਸਾ ਫੌਜਾਂ ਨੂੰ ਹਮਲੇ ਦੀ ਪਹਿਲ ਦੇਣਾ ਚਾਹੁੰਦਾ ਹੈ। ਇਸ ਤਰ੍ਹਾਂ ਤੋਪਾਂ ਨਾਲ ਸਾਡਾ ਵੱਡਾ ਨੁਕਸਾਨ ਹੋ ਸਕਦਾ ਹੈ।
ਰੁੱਖਾਂ ਦੇ ਝੁੰਡ ਦੇਖ ਰਹੇ। ਵਜ਼ੀਰ ਖਾਨ ਦੀਆਂ ਤੋਪਾਂ ਦੀ ਮਾਰ ਵੱਧ ਤੋਂ ਵੱਧ ਉੱਥੇ ਤੱਕ ਹੋਵੇਗੀ। ਸਾਡੀਆਂ ਫੌਜਾਂ ਇੱਥੋਂ ਹੱਲਾ ਕਰਕੇ ਚੱਲਣਗੀਆਂ ਤਾਂ ਕਿ ਮੁਗਲਾਂ ਨੂੰ ਹਮਲੇ ਦੀ ਭਣਕ ਪੈ ਜਾਏ। ਤੁਸੀਂ ਸਭ ਨੇ ਖਿਆਲ ਰੱਖਣਾ, ਰੁੱਖਾਂ ਤੋਂ ਅੱਗੇ ਖਾਲਸਾ ਫੌਜਾਂ ਨਾ ਲੰਘਣ ਤਾਂ ਕਿ ਮੁਗਲਈ ਤੋਪਾਂ ਦੀ ਮਾਰ ਤੋਂ ਬਚੇ ਰਹੀ। ਜੈਕਾਰਿਆਂ ਦੀ ਗੂੰਜ ਨਾਲ ਧਰਤੀ ਹਿਲਾ ਦਿਓ ਤੇ ਅੱਗੇ ਵਧੋ। ਜਿਵੇਂ ਹੀ ਸਿੰਘ ਤੇਜ਼ੀ ਨਾਲ ਅੱਗੇ ਵਧੇ, ਮੁਗਲ ਫੌਜਾਂ ਨੂੰ ਭਰਮ ਪੈ ਗਿਆ ਕਿ ਹਮਲਾ ਹੋ ਗਿਆ। ਅਫੜਾ ਤਫੜੀ ਵਿੱਚ ਹੀ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਬਾਬਾ ਜੀ ਦੀ ਨੀਤੀ ਕਾਮਯਾਬ ਹੋਈ। ਗੋਲੇ ਸਿੰਘਾਂ ਦਾ ਬਹੁਤਾ ਨੁਕਸਾਨ ਨਾ ਕਰ ਸਕੇ, ਪਰ ਵਜ਼ੀਰ ਖਾਨ ਦਾ ਅੱਧੇ ਤੋਂ ਵੱਧ ਗੋਲਾ ਬਾਰੂਦ ਮਿਲ ਗਿਆ। ਹਨੇਰਾ ਪਏ ਤੇ ਲੜਾਈ ਰੁਕ ਗਈ। ਤਨਖਾਹਦਾਰ ਮੁਗਲ ਫੌਜੀ ਆਰਾਮ ਕਰਨ ਲੱਗੇ, ਪਰ ਉਧਰ ਬਾਬਾ ਬੰਦਾ ਸਿੰਘ ਬਹਾਦੁਰ ਆਪਣੇ ਜਰਨੈਲਾਂ ਨਾਲ ਬੈਠੇ ਸਨ। 15-15 ਸਿੰਘਾਂ ਦੇ 3 ਜੱਥੇ ਬਣਾਓ। ਜਿਵੇਂ ਹੀ ਮੁਗਲਾਂ ਦੀ ਹਲਚਲ ਰੁਕੇ, ਪਹਿਲਾ ਜੱਥਾ ਚੁੱਪ ਚਪੀਤੇ ਜਾਵੇ ਤੇ ਮੁਗਲ ਫੌਜਾਂ ਦੇ ਨੇੜੇ ਪਹੁੰਚ ਕੇ ਜੈਕਾਰੇ ਗਜਾਉਂਦਿਆਂ ਹਮਲਾ ਕਰਦੇ। ਥੋੜ੍ਹੀ ਜਿਹੀ ਮਾਰ ਕਾਟ ਕਰਕੇ ਬਗੈਰ ਆਪਣਾ ਨੁਕਸਾਨ ਕਰਾਏ ਵਾਪਸ ਆ ਜਾਓ। ਉਸ ਰਾਤ ਸਿੰਘਾਂ ਨੇ ਮੁਗਲਾਂ ਨੂੰ ਬਿਲਕੁਲ ਸੌਣ ਨਾ ਦਿੱਤਾ। ਥੋੜ੍ਹੀ ਥੋੜ੍ਹੀ ਦੇਰ ਬਾਅਦ ਝੂਠਾ ਹੱਲਾ ਕਰਕੇ ਮੁਗਲਾਂ ਵਿੱਚ ਹਫੜਾ ਦਫੜੀ ਪਾ ਦਿੰਦੇ। ਮੁਗਲ ਆਪਸ ਵਿੱਚ ਹੀ ਲੜ ਭਿੜੇ ਅਤੇ ਤੋਪਾਂ ਵੀ ਚਲਾ ਬੈਠੇ ਤੇ ਆਪਣਾ ਹੀ ਨੁਕਸਾਨ ਕਰਵਾ ਲਿਆ। ਫਤਿਹ ਸਿੰਘ ਜੀ ਮਰ ਗਈ, ਖਾਲਸਾ ਫੌਜਾਂ ਨਾਲ ਸੱਚੇ ਹੱਥ ਰਹਿਣਾ। ਤੁਹਾਡਾ ਮੁਕਾਬਲਾ ਮਲੇਰਕੋਟਲੀਏ ਸ਼ੇਰ ਮੁਹੰਮਦ ਨਾਲ। ਭਾਈ ਵਿਨੋਦ ਸਿੰਘ ਜੀ, ਤੁਸੀਂ ਤੇ ਬਾਜ ਸਿੰਘ ਖੱਬੇ ਪਾਸੇ ਮਾਝੇ ਤੇ ਦੁਆਬੇ ਦੀਆਂ ਖਾਲਸਾ ਫੌਜਾਂ ਦੇ ਚਰਨਾਂ ਵਿਚਕਾਰ, ਭਾਈ ਕਾਨ ਸਿੰਘ ਨਾਲ ਸੁੱਚਾਨੰਦ ਦਾ ਭਤੀਜਾ ਗੰਡਾ ਮੱਲ, ਉਸ ਦੀ 1000 ਘੋੜ ਸਵਾਰ ਫੌਜ ਹੋਵੇਗੀ। ਕਾਨ ਸਿੰਘ ਜੀ, ਮੈਨੂੰ ਗੰਡਾ ਮੱਲ ਤੇ ਸ਼ੱਕ ਹੈ, ਉਹ ਜ਼ਰੂਰ ਮੈਦਾਨ ਵਿੱਚੋਂ ਭੱਜੇਗਾ ਤੇ ਨਾਲ ਹੀ ਹੋਰ ਤਾੜਵੀ ਲੁਟੇਰੇ ਭੱਜ ਜਾਣਗੇ। ਫਿਰ ਇਹਨਾਂ ਦਾ ਕੀ ਲਾਭ ਹੈ? ਲਾਭ ਹੈ, ਸਾਨੂੰ ਮੁਗਲਾਂ ਨੂੰ ਭਰਮਾਉਣ ਵਾਸਤੇ ਵੱਡੀ ਗਿਣਤੀ ਦੀ ਲੋੜ ਹੈ ਤਾਂ ਜੋ ਉਹ ਹਮਲਾਵਰ ਨਾ ਹੋਣ। ਭਾਈ ਸ਼ਾਹਬਾਜ਼ ਸਿੰਘ, ਖਾਲਸੇ ਦੀਆਂ 6 ਤੋਪਾਂ ਦੀ ਜ਼ਿੰਮੇਵਾਰੀ ਤੁਹਾਡੀ। ਅਸੀਂ ਆਪਣੇ ਗੋਲਾ ਬਾਰੂਦ ਨਾਲ ਮੁਗਲਾਂ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ ਹੈ। ਸਾਡੀਆਂ ਤੋਪਾਂ ਦਾ ਨਿਸ਼ਾਨਾ ਮੁਗਲ ਤੋਪਾਂ 'ਤੇ ਰੱਖਣਾ ਅਤੇ ਵੱਧ ਤੋਂ ਵੱਧ ਕਰ। ਕਿਸੇ ਨੂੰ ਕੋਈ ਸ਼ੱਕ? ਚਲੋ ਫਿਰ ਹਮਲੇ ਦੀ ਤਿਆਰੀ ਕਰੀਏ। ਆਪ ਸਭ ਨੇ ਸਮੇਂ ਸਮੇਂ ਮੈਨੂੰ ਜੰਗ ਦੀ ਖਬਰ ਪਹੁੰਚਾਉਣੀ। ਮੇਰੇ ਨਾਲ 1000 ਘੋੜ ਸਵਾਰ ਸੰਕਟ ਸੈਨਾ ਦੇ ਰੂਪ ਵਿੱਚ ਤਿਆਰ ਰਹਿਣ। ਖਾਲਸਾ ਜੀ, ਸਾਡੇ ਸਾਹਮਣੇ ਸੂਬਾ ਸਰਹਿੰਦ ਹੈ ਜਿਸ ਨੇ ਗੁਰੂ ਘਰ ਨਾਲ ਧਰੋਹ ਕਮਾਇਆ ਹੈ। ਮਾਸੂਮ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਾ ਕੇ ਸ਼ਹੀਦ ਕਰ ਦਿੱਤਾ। ਪਾਪੀ ਵਜ਼ੀਰ ਖਾਨ ਦੀ ਮੌਤ ਉਸਨੂੰ ਇੱਥੇ ਖਿੱਚ ਲਿਆਈ ਹੈ।
ਖਾਲਸਾ ਜੀ, ਇਸ ਦੀ ਜ਼ਾਲਿਮ ਫੌਜ ਦਾ ਸਫਾਇਆ ਕਰ ਦਿਓ। ਜੇ ਗੁਰੂ ਕਿਰਪਾ ਨਾਲ ਜੰਗ ਜਿੱਤ ਗਏ ਤਾਂ ਰਾਜ ਭਾਗ ਖਾਲਸੇ ਦਾ, ਜੇ ਰਣ ਤੱਤੇ ਵਿੱਚ ਸ਼ਹੀਦ ਹੋ ਗਏ ਤਾਂ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ। ਦੇਖਦੇ ਦੇਖਦੇ ਖਾਲਸੇ ਦੀਆਂ 6 ਤੋਪਾਂ ਨੇ ਮੁਗਲਾਂ ਦੀ 1 ਦਰਜਨ ਤੋਪਾਂ ਨਕਾਰਾ ਕਰ ਦਿੱਤੀ। ਮੁਗਲ ਹੱਲੇ ਵੀ ਖਾਲਸਾ ਫੌਜਾਂ ਦੇ ਗੋਲੇ ਦਾਗ ਰਹੇ ਸਨ। ਫੌਜ ਇਕਦਮ ਮੁਗਲਾਂ ਦੇ ਤੋਪਖਾਨੇ ਤੇ ਜਾ ਪਈ ਅਤੇ ਉਹਨਾਂ ਦੀਆਂ ਹੀ ਤੋਪਾਂ ਘੁਮਾ ਕੇ ਹਾਥੀਆਂ ਦੀ ਦੀਵਾਰ ਤੇ ਗੋਲੇ ਦਾਗਨੇ ਸ਼ੁਰੂ ਕਰ ਦਿੱਤੇ। ਹਾਥੀ ਪਿੱਛੇ ਖੜੀ ਮੁਗਲ ਫੌਜਾਂ ਨੂੰ ਕੁਚਲਦੇ ਹੋਏ ਭੱਜ ਪਏ। ਕਬੀਰ ਐਸੀ ਹੋਏ ਪਰੀ, ਮਨ ਕੋ ਪਾਵਤ ਕੀਨਾ, ਮਰਨੇ ਤੇ ਕਿਆ ਡਰਪਨਾ, ਜਬ ਹਾਥ ਸਿਧਾਰਾ ਲੀਨ। ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਕਿ ਸਿੰਘਾਂ ਦਾ ਸਭ ਤੋਂ ਕਮਜ਼ੋਰ ਪੱਖ ਮੱਧ ਵਿੱਚ ਹੈ। ਉਸਨੇ ਆਪਣੀ ਵਧੇਰੀ ਫੌਜ ਭਾਈ ਕਾਹਨ ਸਿੰਘ ਦੀ ਕਮਾਨ ਵੱਲ ਧੱਕ ਦਿੱਤੀ। ਸ਼ਾਬਾਸ਼, ਇਹਨਾਂ ਕਾਫਰਾਂ ਨੂੰ ਮਾਰ ਪਜਾਓ। ਸਾਡੇ ਕੋਲ ਤੋਪਾਂ ਤੇ ਬੰਦੂਕਾਂ ਨੇ ਤੇ ਇਹਨਾਂ ਸਿੱਖਾਂ ਕੋਲ ਸਿਰਫ ਜੰਗ ਖਾਦੀਆਂ ਤਲਵਾਰਾਂ। ਸ਼ਾਬਾਸ਼, ਅੱਗੇ ਵਧੋ, ਹਿੰਮਤ ਨਾਲ ਅੱਗੇ ਵਧੋ। ਗੰਡਾ ਮਾਲ ਵੀ ਮੌਕਾ ਤਾੜ ਕੇ ਭੱਜ ਨਿਕਲਿਆ। ਕਾਫਰਾਂ ਨੂੰ ਮਾਰ ਪਜਾਓ, ਅੱਜ ਕਿਸੇ ਨੂੰ ਜਿਉਂਦਾ ਨਹੀਂ ਛੱਡਣਾ। ਇਹਨਾਂ ਬੜਾ ਲਹੂ ਪੀਤਾ ਹੈ ਸਾਡਾ, ਛੱਡਣਾ ਨਹੀਂ ਕਿਸੇ ਇੱਕ ਨੂੰ ਵੀ। ਗੰਡਾ ਮੱਲ ਨਿਮਖਾਰਾ ਕਰ ਗਿਆ, ਭੱਜ ਗਿਆ। ਜਿਵੇਂ ਮੈਨੂੰ ਸ਼ੱਕ ਸੀ ਤੇ ਉਹਨੂੰ ਭੱਜਦਾ ਦੇਖ ਕੇ ਕੁਝ ਕਮਜ਼ੋਰ ਦਿਲ ਸਾਡੇ ਸਾਥੀ ਵੀ ਡੋਲ ਗਏ ਨੇ। ਲੱਗ ਬਾਬਾ ਜੀ, ਭਾਈ ਕਾਹਨ ਸਿੰਘ ਨੇ ਆਖਿਆ ਹੈ ਮੁਗਲ ਫੌਜਾਂ ਬੜੀ ਭਾਰੀ ਪੈ ਰਹੀਆਂ ਨੇ। ਬਾਬਾ ਜੀ, ਮੈਂ ਇਸ ਧੋਖੇਬਾਜ਼ ਗੰਡਾ ਮਾਲ ਦੀ ਖਬਰ ਲੈਂਦਾ ਹਾਂ। ਨਹੀਂ ਅਜੀਤ ਸਿੰਘ, ਉਸ ਨਾਲ ਬਾਅਦ ਵਿੱਚ ਹਿਸਾਬ ਕਰਾਂਗੇ। ਪਹਿਲਾਂ ਤੁਸੀਂ ਅੱਧੀ ਸੰਕਟ ਸੈਨਾ ਲੈ ਕੇ ਭਾਈ ਕਾਹਨ ਸਿੰਘ ਦੀ ਮਦਦ ਤੇ ਪਹੁੰਚੋ। ਹੋਰ ਘੋੜ ਸਵਾਰ ਫੌਜ ਪਹੁੰਚਣ ਨਾਲ ਭਾਈ ਕਾਹਨ ਸਿੰਘ ਦਾ ਪੱਖ ਮਜ਼ਬੂਤ ਹੋ ਗਿਆ ਅਤੇ ਇੱਕ ਵਾਰ ਫਿਰ ਖਾਲਸਾ ਫੌਜਾਂ ਦੀ ਚੜ੍ਹਤ ਹੋ ਗਈ। ਮਈ ਦੇ ਮਹੀਨੇ ਦੀ ਅੱਤ ਦੀ ਗਰਮੀ ਵਿੱਚ ਦੋਨੋਂ ਪਾਸੇ ਦੇ ਜਾਂਬਾਜ਼ ਸਵੇਰ ਦੇ ਲੜ ਰਹੇ ਸਨ।
8-10 ਘੰਟੇ ਭੁੱਖੇ ਤਿਹਾਏ ਲੜਦਿਆਂ ਹਰ ਸਿਪਾਹੀ ਬੁਰੀ ਤਰ੍ਹਾਂ ਥੱਕ ਗਿਆ ਸੀ। ਜ਼ਬਾਨ ਤਾਲੂ ਨਾਲ ਲੱਗਦੀ ਜਾਂਦੀ ਸੀ। ਹਰ ਕੋਈ ਉਡੀਕ ਰਿਹਾ ਸੀ ਕਦੋਂ ਸੂਰਜ ਡੁੱਬੇ ਤੇ ਲੜਾਈ ਰੁਕੇ। ਭਾਈ ਬਾਤ ਸਿੰਘ ਬਾਬਾ ਜੀ ਪਾਸ ਟਿੱਬੇ ਤੇ ਪਹੁੰਚੇ। ਫੌਜਾਂ ਵਿੱਚੋਂ ਹੁਣ ਹੋਰ ਲੜਨ ਦਾ ਦਮ ਨਹੀਂ ਰਿਹਾ, ਜੇ ਹੁਕਮ ਹੋਵੇ ਤਾਂ ਲੜਾਈ ਬੰਦ ਕਰ ਦਈਏ। ਜੀ, ਲੜਾਈ ਕੱਲ ਤੱਕ ਰੁਕ ਗਈ ਹੈ। ਮੁਗਲ ਫੌਜਾਂ ਦਾ ਵੀ ਬੁਰਾ ਹਾਲ ਹੈ, ਉਹ ਵੀ ਜ਼ਰੂਰ ਲੜਾਈ ਰੁਕਣ ਦੀ ਉਡੀਕ ਕਰ ਰਹੇ ਨੇ। ਬਸ ਇਹੋ ਸਮਾਂ ਹੈ ਜਿੱਤ ਦਾ, ਜਿਹੜੀ ਫੌਜ ਜ਼ਿਆਦਾ ਲੰਮਾ ਟਿੱਕੇ ਜਿੱਤ ਉਸੇ ਦੀ ਹੋਵੇਗੀ। ਹੁਣ ਘੰਟਿਆਂ ਦੀ ਗੱਲ ਨਹੀਂ ਰਹੀ, ਹੁਣ ਪਲਾਂ ਦੀ ਯੁੱਧ ਦਾ ਫੈਸਲਾ। ਤੁਸੀਂ ਆਪਣੇ ਜੱਥੇ ਵਿੱਚ ਪਹੁੰਚੋ। ਅਜੀਤ ਸਿੰਘ, ਬਾਕੀ ਰਹਿੰਦੀ ਸੰਕਟ ਸੈਨਾ ਨੂੰ ਤਿਆਰ ਕਰੋ। ਆਓ ਇੱਕ ਆਖਰੀ ਤਕੜਾ ਹਮਲਾ ਕਰਕੇ ਵਜ਼ੀਰ ਖਾਨ ਦੀ ਪਹਾੜੇ ਦੀ ਫੌਜ ਨੂੰ ਪਾਰ ਬੁਲਾਈਏ। ਖਾਲਸੇ ਦੀ ਜਿੱਤ ਹੁਣ ਯਕੀਨੀ ਹੈ। ਬੰਦਾ ਸਿੰਘ ਜੀ ਤਾਜ਼ਾ ਦਮ ਸੰਕਟ ਸੈਨਾ ਨਾਲ ਮੈਦਾਨੇ ਜੰਗ ਵਿੱਚ ਆ ਉਤਰੇ। ਖਾਲਸਾ ਫੌਜਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ। ਬਾਬਾ ਜੀ ਨੂੰ ਆਪਣੇ ਵਿੱਚ ਦੇਖ ਕੇ ਇੱਕ ਨਵਾਂ ਜੋਸ਼ ਪੈਦਾ ਹੋ ਗਿਆ ਅਤੇ ਮੁਗਲਾਂ ਤੇ ਟੁੱਟ ਟੁੱਟ ਕੇ ਪੈਣ ਲੱਗੇ। ਬੰਦਾ ਆਇਆ ਦੀ ਗੂੰਜ ਨਾਲ ਤੁਰਕਾਂ ਵਿੱਚ ਖਲਬਲੀ ਮਚ ਗਈ। ਬਹੁਤ ਸਾਰੇ ਮੁਗਲ ਫੌਜੀਆਂ ਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇਣ ਲੱਗੀ ਅਤੇ ਬੰਦਾ ਆਇਆ ਕਹਿੰਦੇ ਜੰਗ ਵਿੱਚੋਂ ਭੱਜ ਉੱਠੇ। ਸਿੰਘਾਂ ਦੀਆਂ ਫੌਜਾਂ ਹੁਣ ਭਾਰੂ ਪੈ ਰਹੀਆਂ ਸਨ। ਭਾਈ ਬਾਤ ਸਿੰਘ ਤੇ ਫਤਿਹ ਸਿੰਘ ਨੇ ਕੁਝ ਹੋਰ ਸਿੰਘਾਂ ਨਾਲ ਵਜ਼ੀਰ ਖਾਨ ਨੂੰ ਘੇਰਾ ਪਾ ਲਿਆ। ਓਏ ਵਜ਼ੀਰਿਆ, ਤੇਰੀਆਂ ਪਹਾੜੇ ਦੀਆਂ ਫੌਜਾਂ ਦੀ ਖਾਲਸੇ ਅੱਗੇ ਨਹੀਂ ਚੱਲਣੀ, ਹੁਣ ਤੂੰ ਆਪਣੀ ਖੈਰ ਮੰਗ। ਓਏ ਜੈਸੀ ਮੌਤ ਮਰੇਗਾ ਕਿ ਤੇਰੇ ਵਜ਼ੀਰਿਆਂ ਦੀ ਕਬਰਾਂ ਵਿੱਚ ਕੰਬ ਜਾਣਾ ਹੈ। ਲੈ ਓ ਕੁੱਤੇ, ਸੰਭਲ ਫਿਰ। ਸਰਹੰਦ ਦੇ ਡਿੱਗਦੇ ਹੀ ਪਹਾੜੇ ਦੀਆਂ ਮੁਗਲ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ। ਕੁਝ ਸਿੰਘ ਮੁਗਲਾਂ ਪਿੱਛੇ ਦੌੜੇ। ਖਾਲਸਾ ਜੀ, ਭੱਜੇ ਜਾਂਦੇ ਦੁਸ਼ਮਣ ਦੀ ਪਿੱਠ ਤੇ ਵਾਰ ਨਹੀਂ ਕਰਨਾ, ਅਜੇ ਅਸੀਂ ਗੁਰੂ ਮਾਰੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ। ਸੂਬੇ ਦੀ ਲਾਸ਼ ਨੂੰ ਘੋੜੇ ਪਿੱਛੇ ਬੰਨ ਕੇ ਸਰਹਿੰਦ ਲੈ ਚੱਲੋ। ਆਓ ਪਹਿਲਾਂ ਜ਼ਖਮੀ ਅਤੇ ਸ਼ਹੀਦ ਸਿੰਘਾਂ ਦੀ ਸੰਭਾਲ ਕਰੀਏ। ਬਗੇਲ ਸਿੰਘ, ਤੂੰ ਬਹੁਤ ਜ਼ਖਮੀ ਹੋ ਗਿਆ। ਵਾਹਿਗੁਰੂ ਨੇ ਮੈਨੂੰ ਪੰਥ ਦੀ ਇੰਨੀ ਹੀ ਸੇਵਾ ਬਖਸ਼ੀ ਸੀ। ਮੇਰਾ ਕਾਰਜ ਪੂਰਾ ਹੋ ਗਿਆ ਹੈ। ਹੁਣ ਮੈਂ ਦਸ਼ਮੇਸ਼ ਪਿਤਾ ਦੀ ਗੋਦ ਵਿੱਚ ਜਾਣਾ ਹੈ। ਤੇਰੀ ਬੇਟੇ ਨੂੰ ਦੱਸ ਦੇਵੀ ਵੀਰ, ਉਹਦੇ ਪੁੱਤ ਨੇ ਰੱਖ ਵਿਖਾਈ ਹੈ। ਮੈਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਕਾਤਲਾਂ ਦਾ ਮੁਕਾਬਲਾ ਕਰਦੇ ਸ਼ਹੀਦੀ ਪਾ ਲਈ ਹੈ। ਵਾਹਿਗੁਰੂ, 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 ਵਾਹਿਗੁਰੂ। ਬੀਬਾ ਸਤਵੰਤ ਕੌਰ, ਤੁਸੀਂ ਬਹੁਤ ਜ਼ਖਮੀ ਹੋ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰ ਪੁੱਤਰੀ ਯੁੱਧ ਵਿੱਚ ਸਨਮੁੱਖ ਹੋ ਕੇ ਜੂਝੀ ਹੈ। ਦੁਸ਼ਮਣ ਨੇ ਧੋਖੇ ਨਾਲ ਪਿੱਠ ਤੇ ਵਾਰ ਕੀਤਾ। ਆਪ ਦੀ ਬੱਚੀ ਨੇ ਸਾਹਿਬਜ਼ਾਦਿਆਂ ਦੀ ਸੰਗਤ ਪ੍ਰਾਪਤ ਕਰ ਲਈ ਹੈ। ਖਾਲਸੇ ਪੰਥ ਦੀ ਫਤਿਹ ਤੇ ਵਧਾਈ। ਵਾਹਿਗੁਰੂ, ਵਾਹਿਗੁਰੂ।
कबीर जिस मरने ते जग डरे मेरे मन आनंद मरने ही ते पाए पूरन परमानंद सरहंद की लड़ाई विच करीब 6000 सिंह शहीद हुए जिन्हां दा अदब नाल संस्कार करके बाबा जी खालसा फौजां नाल सरहंद शहर वल वधे खालसा फौजां जयकारे गजाउंदियां सरहंद वल वधदियां वजीर खान दी फौज ने शहर दी मोर्चाबंदी कीती हुई सी पर सिंघां दे जोश अगे उन्हां दी इक ना चली जेतू खालसा फौजां ने सरहंद दे शाही महलां अते दरबारियां दे घरां दी तबाही मचाउणी शुरू कर दित्ती सरहंद ते तां जिवें कहर ही टुट पिया होवे मौका देख के वजीर खान दे जुल्मां दे सताए हुए गरीब किसान अते मजदूर सरहंद ते टुट के पै गए उन्होंने शहर दी इट नाल इट खड़का दित्ती अते देखते ही देखते सरहंद एक वसदे शहर तों उजाड़ मलबे दा ढेर बन गया बाबा जी वह है रोजा शरीफ जिथों के काजियां ने जहांगीर गुरु अर्जन देव जी नू शहीद करन वास्ते उकसाया सी ते बाबा जी छोटे साहबजादियां नू नीहां विच चिणके शहीद करन दा फतवा देण वाला काजी भी इथों दा ही सी हुकम दिओ मसीत नू मिट्टी विच मिला दीए नहीं मसीत नू हथ भी ना लायो किसी धर्म स्थान की बेअदबी खालसा नहीं कर सकता याद रखो किसे एक दे माड़े काम कारण कोई धर्म जा धर्म स्थान पैड़े नहीं हो जांदे बाबा जी सुच्चा नंद फड़िया गया है सुच्चा नंद नहीं एक झूठा नंद है खालसा जी मैनू बख्श दियो साहिबजादियां ते माता जी दे कातल नू बख्श दईए ओ देखदा है वजीरे दी लाश जीदे टुकड़े बोचन वास्ते तू इन्ना वड्डा पाप कीता की कहा सी तू सप्पां दे पुत मित ना हुंदे अज खालसा पुचंग फौजा ने दशमेश पिता दे जफरनामे नू सच कर दिखाया है चेहा शुद्ध के चू बचगा कुछ तहचार के बाकी वमान दस्त पेचीदा मार ना मारो मैनू आए माफ कर दियो जी ना मौत तो किवें बच सकेगा जो कीता है ओदी सजा तां भुगतनी ही पैनी है ले जाओ इनू नक च नकेल पाके ते मुंह काला करके सरहिंद विच घुमाओ बाबा बंदा सिंह बहादुर ने मुगल राज दियां जड़ां हिला के रख दित्तियां साहिबजादियां दी शहीदी दे 5 साल बाद ही खालसे ने सरहंद ते फतेह पा ली अते खालसा राज कायम कर लिया सिंघां ने साहिबजादियां दे शहीदी अस्थान ते फतेहगढ़ साहिब यादगार कायम कीती भाई बाज सिंह सरहंद दे नवाब थापे गए बाबा बंदा सिंह जी ने मुखलिसपुर विखे खालसा राज दी राजधानी बनाई पहाड़ियां विच लोहगढ़ किला अते 12 छोटे किले बना के राज प्रबंध नू मजबूत कीता अते खालसा राज दा सिक्का चलाया नीलंबर तारा तुरक तुष्ट सब शैकिए हर नाम उचारा
ਅਪਾਰ